ਖਾਲਸਾ ਜੀ, ਸਾਨੂੰ ਦੁਸ਼ਮਣਾਂ ਨੇ ਲੱਖਾਂ ਵਾਰ ਮਾਰ ਕੇ ਮੁਕਾਉਣਾ ਚਾਹਿਆ ਸੀ, ਮੁੱਕੇ ਨਹੀਂ। ਬਥੇਰਿਆਂ ਨੇ ਜ਼ੋਰ ਲਾਇਆ, ਸਾਡਾ ਜਦੋਂ ਨੁਕਸਾਨ ਹੋਇਆ ਸਾਡਾ ਆਪਣਿਆਂ ਹੱਥੋਂ। ਜੇ ਸਿੱਖ ਨੂੰ ਸਿੱਖ ਨਾ ਮਾਰੇ ਤਾਂ ਸਿੱਖ ਕੌਮ ਕਦੇ ਨਾ ਹਾਰੇ। ਦੁਸ਼ਮਣ ਨਹੀਂ ਮਾਰ ਸਕਿਆ, ਬਥੇਰੇ ਝੂਠੇ ਪੁਲਿਸ ਮੁਕਾਬਲੇ ਬਣਾਏ, ਗਲਾਂ 'ਚ ਟਾਇਰ ਪਾ ਕੇ ਸਾੜਿਆ, ਮੁੱਛ ਫੁੱਟ ਗੱਭਰੂ ਘਰਾਂ 'ਚੋਂ ਕੱਢ ਕੱਢ ਕੇ ਸ਼ਹੀਦ। ਕੋਈ ਹੈ ਪੰਜਾਬ ਦਾ ਚੌਂਕ ਤੇ ਚੁਰਾਹਾ, ਕੋਈ ਨਹਿਰ ਤੇ ਸੂਏ ਦਾ ਪੁਲ ਜਿੱਥੇ ਸਾਡੇ ਨੌਜਵਾਨਾਂ ਦੇ ਮੁਕਾਬਲੇ ਨਾ ਬਣਾਏ ਹੋਣ? ਪਰ ਮੁਕਾ ਲਿਆ, ਕਿੱਥੇ ਗਏ ਮੁਕਾਉਣ ਵਾਲੇ? ਕਿੱਥੇ ਆ ਉਹ ਬੇਅੰਤਾ ਪਾਪੀ? ਕਿੱਥੇ ਗਿਆ ਜਿਹੜਾ ਕਹਿੰਦਾ ਮੈਂ ਸ਼ੇਰੇ ਪੰਜਾਬ, ਸ਼ੇਰੇ ਪੰਜਾਬ? ਚੰਡੀਗੜ੍ਹ ਸੈਕਟਰੀਏਟ ਲੱਭਿਆ ਕੁਝ ਨਹੀਂ, ਗੁਰਮੁਖ ਪਿਆਰ ਜਦੋਂ ਸਿੰਘਾਂ ਪ੍ਰਬੰਧ ਕਰਦਾ, ਇੱਕ ਲੱਤ ਜੀ ਚੱਕੀ ਫਿਰੇ, ਉਹ ਵੀ ਪਤਾ ਨਹੀਂ ਉਹਦੀ ਕਿ ਕਿਸੇ ਹੋਰ ਦੀ ਸੀਗੀ। ਕਿੱਧਰ ਗਏ ਜਿਹੜੇ ਕਹਿੰਦੇ ਮਾਰ ਕੇ ਮੁਕਾ ਦੇਣਾ? ਸਾਨੂੰ ਕੋਈ ਦੁਸ਼ਮਣ ਨਹੀਂ ਮਾਰ ਕੇ ਮੁਕਾ ਸਕਿਆ ਜਿੰਨਾ ਚਿਰ ਸਾਡੇ ਆਪਣੇ ਕੁਹਾੜੇ ਦੇ ਦਸਤੇ ਨਹੀਂ ਬਣੇ। ਮੈਂ ਬੇਨਤੀ ਕਰਦਾ ਹੁੰਦਾ ਖਾਲਸਾ ਜੀ, ਕਿਸੇ ਪਾਰਟੀ 'ਚ ਰਹੋ, ਕਿਸੇ ਧੜੇ 'ਚ ਰਹੋ, ਗੱਲ ਕੌਮ ਦੀ ਕਰੋ, ਗੱਲ ਪੰਥ ਦੀ ਕਰੋ, ਗੱਲ ਧਰਮ ਦੀ ਕਰੋ। ਜਿਸ ਪਾਰਟੀ 'ਚੋਂ, ਜਿਸ ਧੜੇ 'ਚੋਂ, ਜਿਸ ਲੀਡਰ ਨਾਲ ਉੱਠਣਾ ਬੈਠਣਾ ਉਹਨੂੰ ਗੱਲ ਕੌਮ ਦੀ, ਧਰਮ ਦੀ, ਸਮਾਜ ਦੀ ਕਰੋ, ਮਨੁੱਖਤਾ ਦੀ ਕਰੋ। ਇਹ ਨਹੀਂ ਇੱਕ ਦੂਜਿਆਂ ਨੂੰ ਗਦਾਰੀਆਂ ਦੇ ਸਰਟੀਫਿਕੇਟ ਵੰਡੀ ਜਾਓ, ਆਪ ਕਰਨਾ ਕੁਝ ਨਹੀਂ, ਦੂਜੇ ਨੂੰ ਕਰਨ ਨਹੀਂ ਦੇਣਾ। ਅੱਜ ਸਾਡੇ ਹਾਲਾਤ ਇਹ ਬਣਦੇ ਜਾਂਦੇ ਆ, ਜਿੱਥੇ ਕੋਈ ਬੈਠਾ ਗੱਲ ਕੌਮ ਦੀ ਕਰੇ, ਗੱਲ ਪੰਥ ਦੀ ਕਰੇ, ਗੱਲ ਧਰਮ ਦੀ ਕਰੇ, ਪਰ ਸਾਡੇ ਹਾਲਾਤ ਆਪ ਕੁਝ ਕਰਨਾ ਨਹੀਂ, ਕਿਸੇ ਨੂੰ ਕਰਨੀ। ਕੁਹਾੜਿਆਂ ਦੇ ਦਸਤੇ ਨਾਲ ਜਿੱਥੇ ਕੌਮ ਦੇ ਘਣ ਦੀ ਗੱਲ, ਪੰਥ ਦੇ ਘਣ ਦੀ ਗੱਲ ਹੋਵੇ, ਉੱਥੇ ਪਰੇ ਹੋ ਜਾਓ, ਉੱਥੇ ਹਿੱਸੇਦਾਰ ਨਹੀਂ ਬਣਨਾ। ਨੁਕਸਾਨ ਹੀ ਇੱਦਾਂ ਹੋਇਆ ਖਾਲਸਾ ਜੀ। ਤਾਂ ਹੀ ਕਿਸੇ ਵਿਦਵਾਨ ਨੇ ਲਿਖਿਆ, ਉਹ ਕਹਿੰਦਾ ਰੁੱਖ ਰੋਪਿਆ ਕੁਹਾੜੇ ਵਿੱਚ, ਵੇਖ ਦਸਤਾ ਟੱਕ ਜੜ੍ਹਾਂ ਨੂੰ ਲਾਇਆ, ਤੇ ਆਪਣੇ ਨੇ ਮੁਰਦਾ ਰੋਪਿਆ ਦਗੇ ਦੀ ਦੇਖ ਦੁਨੀਆ, ਲਾਂਬੂ ਚਿਖਾਂ ਨੂੰ ਲਾਇਆ ਤੇ ਆਪਣੇ ਨੇ, ਬੁਲਬੁਲ ਰੋਪੀ ਮਾਲਣ ਹੱਥ ਦੇਖ, ਸੂਈ ਸੇਕ ਫੁੱਲਾਂ ਵਿੱਚ ਪਾਇਆ ਤੇ ਆਪਣੇ ਨੇ, ਉਹ ਕਲਗੀ ਧਰ ਦੇ ਜਿਗਰ ਦੇ ਲਖਤਿਆਂ ਨੂੰ ਨੀਹਾਂ ਵਿੱਚ ਚਿਣਾਇਆ। ਰਸੋਈਆ ਬੇਈਮਾਨ ਹੋ ਗਿਆ ਧਨ ਤੇ ਸਾਹਿਬਜ਼ਾਦਿਆਂ ਦੀ, ਜਾ ਕੇ ਮੁਖਬਰੀ ਕਰਤੀ ਮੋਰਿੰਡੇ ਬਾਗਾਂ ਵਾਲੇ ਦੀ ਚੌਂਕੀ। ਇੱਥੇ ਝੂਠਾ ਆਨੰਦ ਵਰਗੇ ਖਿਆਲ ਕਰਨਾ, ਕਲਗੀ ਧਰ ਦੇ ਜਿਗਰ ਦੇ ਲਖਤਿਆਂ ਨੂੰ ਨੀਹਾਂ ਵਿੱਚ ਚਿਣਾਇਆ ਤੇ ਆਪਣੇ। ਅੱਜ ਸਿੱਖ ਨੂੰ ਸਿੱਖ ਨਾ ਮਾਰੇ, ਸਿੱਖ ਕੌਮ ਕਦੇ ਨਾ ਹਾਰੇ। ਕਿਤੇ ਹਾਰਨ ਵਾਲੀ ਕੌਮ ਕੋਈ ਨਹੀਂ ਹਰਾ ਸਕਦਾ। ਇਹ ਕਾਬਲ ਕੰਧਾਰ ਦੀਆਂ ਕੰਧਾਂ ਤੱਕ ਗੂੰਜਾਂ ਪਾਉਣ ਵਾਲੀ, ਦਿੱਲੀ ਦੇ ਲਾਲ ਕਿਲ੍ਹੇ ਤੇ 19 ਵਾਰ ਕੇਸਰੀ ਨਿਸ਼ਾਨ ਸਾਹਿਬ ਚਲਾਉਣ ਵਾਲੀ, ਲਾਹੌਰ ਦੇ ਸਾਈ ਕਿਲ੍ਹੇ ਤੇ 4 ਦਹਾਕਿਆਂ ਤੋਂ ਵੱਧ ਸਿੱਖ ਰਾਜ ਦਾ ਝੰਡਾ ਚਲਾਉਣ ਵਾਲੀ ਇਹ ਕੌਮ, ਬਸ ਲੋੜ ਹੈ ਗੁਰਮੁਖ ਪਿਆਰਿਓ ਅੱਜ ਸਮੇਂ ਦੇ ਹਾਲਾਤਾਂ ਅਨੁਸਾਰ ਇਸ ਗੱਲ ਨੂੰ ਸਮਝਣ ਦੀ। ਅੱਜ ਗੱਲਾਂ ਅਸੀਂ ਬਹੁਤ ਕਰ ਲੈਂਦੇ ਹਾਂ, ਦੇਸ਼ ਵਿਦੇਸ਼ ਦੇ ਅੰਦਰ ਗੱਲਾਂ ਬਹੁਤ, ਗੱਲ ਕੌਮ ਦੀ, ਪੰਥ ਦੀ ਕਿੱਥੇ ਗਈ ਖਾਲਸਾ ਜੀ? ਆ ਚੱਲ ਰਿਹਾ ਚੋਣਾਂ ਦਾ ਸਮਾਂ, ਅੱਜ ਗੁਰਮੁਖ ਪਿਆਰਿਓ ਤੋਪਾਂ ਤੇ ਟੈਂਕਾਂ ਨਾਲ ਹਮਲਾ ਕਰਨ ਵਾਲੀ ਉਹ ਹਿੰਦੁਸਤਾਨ ਦੀ ਰਾਣੀ, ਤੇ ਜਿਨ੍ਹਾਂ ਸਿੰਘਾਂ ਨੇ ਫਿਰ ਉਹਦੇ ਕੀਤੇ ਕੁਕਰਮਾਂ ਦੀ ਸਜ਼ਾ ਦਿੱਤੀ, ਅਮਰ ਸ਼ਹੀਦ ਭਾਈ ਬੇਅੰਤ ਸਿੰਘ, ਅਮਰ ਸ਼ਹੀਦ ਭਾਈ ਸਤਵੰਤ ਸਿੰਘ,
ਅਮਰ ਸ਼ਹੀਦ ਭਾਈ ਕੇਰ ਸਿੰਘ ਜਿਹੜੇ ਫਾਂਸੀਆਂ ਤੇ ਚੜੇ, ਜਿਨ੍ਹਾਂ ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ, ਘਰ ਬਾਰਾਂ ਦੀ ਪਰਵਾਹ ਨਹੀਂ ਕੀਤੀ, ਉਹ ਵੀ ਚਾਹੁੰਦੇ ਆਪਣੇ ਬੱਚਿਆਂ ਨੂੰ IAS IPS ਬਣਾ ਸਕਦੇ ਸੀ, ਉਹ ਵੀ ਕਰਾ ਕੇ IELTS ਭੇਜ ਦਿੰਦੇ ਕੈਨੇਡਾ ਅਮਰੀਕਾ, ਪਰ ਨਹੀਂ, ਉਹਨਾਂ ਗੱਲ ਕੌਮ ਦੀ ਕੀਤੀ, ਪੰਥ ਦੀ ਕੀਤੀ, ਜਿਵੇਂ ਬਾਜਾਂ ਵਾਲੇ ਸਤਿਗੁਰ ਨੇ ਆਪਣੇ ਲੱਖ ਤੇ ਜਿਗਰ ਦੇ ਟੋਟੇ ਕੁਰਬਾਨ ਕਰਕੇ ਆਖਿਆ, ਮੈਂ ਨਹੀਂ ਹੋਰ ਬਹਾਰਾਂ ਨੂੰ ਸੜਨ ਦਿੱਤਾ, ਭਾਵੇਂ ਆਪਣੇ ਬਾਗ ਵੀਰਾਨ ਹੋ ਗਏ, ਹੱਥੀਂ ਛਾਂ ਕੀਤੀ ਲੱਖਾਂ ਬੱਚਿਆਂ ਨੂੰ, ਭਾਵੇਂ ਆਪਣੇ ਚਾਰੇ ਕੁਰਬਾਨ ਹੋ ਗਏ, ਉਹਨਾਂ ਦੇ ਰਾਹਾਂ ਤੇ ਚੱਲਣ ਵਾਲੇ, ਉਹਨਾਂ ਨੇ ਢੱਠੇ ਅਕਾਲ ਤਖਤ ਦਾ ਬਦਲਾ ਲਿਆ, ਨੌਜਵਾਨਾਂ ਦੇ ਗੁਰੂ ਅਰਜਨ ਦੇਵ ਮਹਾਰਾਜ ਦਾ ਸ਼ਹੀਦੀ ਦਿਹਾੜਾ ਮਨਾਉਣ ਆਈਆਂ ਸੰਗਤਾਂ ਤੋਪਾਂ ਦੇ ਟੈਂਕਿਆਂ ਦੇ ਗੋਲਿਆਂ ਨਾਲ ਭੁੰਨ ਦਿੱਤੀਆਂ, ਉਹਨਾਂ ਦਾ ਬਦਲਾ ਲਿਆ, ਪਰ ਅਸੀਂ ਕਿੱਥੇ ਹਾਂ? ਗੱਲਾਂ ਨੇ ਸਾਡੇ ਕੋਲ, ਉਹ ਖੜਾ ਉਹਦਾ ਪੁੱਤ ਫਰੀਦਕੋਟ ਦੀ ਸੀਟ ਦੇ ਉੱਤੇ, ਇੱਕ ਉਹ ਖੜਾ ਸਿੱਖੀ ਦੀ ਗੱਲ ਕਰਨ ਵਾਲਾ ਜਿਹੜਾ ਪੰਜਾਬ ਸਰਕਾਰ ਨੇ ਡਿਬਰੂਗੜ੍ਹ ਜੇਲ੍ਹ 'ਚ ਬੰਦ ਕੀਤਾ, ਆਪਾਂ ਕਿੱਥੇ ਹਾਂ? ਕਿੰਨੇ ਕੁ ਤੁਰੇ ਆ? ਸਵਾਦ ਤੇ ਤਾਂ ਅੱਜ ਪੰਜਾਬ ਵਾਲਿਓ, ਮੈਂ ਹਰਿਆਣੇ ਚੋਂ ਆ ਕੇ ਪੰਜਾਬ 'ਚ ਕਹਿ ਰਿਹਾ, ਜੰਮਿਆ ਪੰਜਾਬ ਦਾ, ਮੈਂ ਦਿਨੇ ਪੰਜਾਬ ਰਾਤ ਹਰਿਆਣਾ, ਫਿਰ ਸਵੇਰ ਨੂੰ ਪੰਜਾਬ 'ਚ ਹੋਣਾ ਦਿਨ ਰਾਤ। ਮੈਂ ਤੁਹਾਨੂੰ ਬੇਨਤੀ ਕਰਦਾ, ਆ ਲਾਈਵ ਟੈਲੀਕਾਸਟ ਹੋ ਰਿਹਾ, ਸਰਕਾਰਾਂ ਵੀ ਸੁਣ ਰਹੀਆਂ ਅਤੇ ਤੁਸੀਂ ਹਰਿਆਣੇ ਵਾਲਿਓ ਪੰਜਾਬ ਵਾਲੇ ਸੁਣ ਰਹੇ, ਮੈਂ ਪੰਜਾਬ ਵਾਲਿਆਂ ਨੂੰ ਕਹਿੰਦਾ, ਫਰੀਦਕੋਟ ਵਾਲਿਆਂ ਨੂੰ ਕਹਿੰਦਾ, ਖਡੂਰ ਸਾਹਿਬ ਵਾਲਿਆਂ ਨੂੰ ਕਹਿੰਦਾ ਕਿ ਕਿੱਥੇ ਹੋ ਤੁਸੀਂ? ਉਹ ਤੁਹਾਡੇ ਲਈ ਆਪਣੇ ਫਾਂਸੀਆਂ ਦੇ ਰੱਸੇ ਚੁੰਮ ਗਏ, ਉਹ ਖੜਾ ਉਹਦਾ ਪੁੱਤ, ਜੇ ਤੁਸੀਂ ਵੋਟਾਂ ਦੀਆਂ ਸੰਦੂਖੜੀਆਂ ਭਰ ਕੇ ਉਹਨੂੰ ਪਾਰਲੀਮੈਂਟ 'ਚ ਨਾ ਭੇਜੋ ਤਾਂ ਫਿਰ ਸਾਡਾ ਸਿੱਖ ਕਹਾਉਣ ਦਾ ਫਾਇਦਾ ਕੀ ਆ? ਅੰਮ੍ਰਿਤ ਛਕਾਉਣ ਦੀ ਗੱਲ ਕੀਤੀ, ਤੁਹਾਡੇ ਪੁੱਤਾਂ ਨੂੰ ਬਚਾਉਣ ਦੀ, ਨਸ਼ਿਆਂ ਤੋਂ ਰਹਿਤ ਕਰਨ ਦੀ ਗੱਲ ਕੀਤੀ, ਫੜ ਕੇ ਸਰਕਾਰ ਨੇ ਸਾਥੀਆਂ ਸਮੇਤ ਡਿਬਰੂਗੜ੍ਹ ਜੇਲ੍ਹ 'ਚ ਬੰਦ ਕਰ ਦਿੱਤਾ, ਪੰਜਾਬ ਨਹੀਂ ਅਸਾਮ ਭੇਜ ਦਿੱਤਾ, ਜੇ ਅੱਜ ਤੁਸੀਂ ਉਹਨੂੰ ਵੋਟਾਂ ਨਾਲ ਜਿਤਾ ਕੇ ਨਾ ਕੱਢ ਕੇ ਲਿਆਓ ਤਾਂ ਸਾਡੇ ਸਿੱਖ ਘਾਉਣ ਦਾ ਕੀ ਮਤਲਬ ਆ ਬਈ? ਵੋਟਾਂ ਤੁਹਾਡੀਆਂ ਪਾਉਣੀਆਂ ਤੁਸੀਂ ਆ, ਅਸੀਂ ਤਾਂ ਕਹਿ ਸਕਦੇ ਹਾਂ ਨਾ, ਵੋਟਾਂ ਤੁਹਾਡੀਆਂ ਪਾਉਣੀਆਂ ਤੁਸੀਂ ਆ, ਹੋਰਾਂ ਨੂੰ ਬਹੁਤ ਪਾ ਲੈਂਦੇ ਹੋ, ਪਾ ਦਿਓ ਹੋਰਾਂ ਨੂੰ, ਕੇਂਦਰ 'ਚ ਪਾ ਦਿਓ, ਹੋਰ ਪਾਸੇ ਪਾ ਦਿਓ, ਪਰ ਉਹ ਖੜੇ ਆ ਤੁਹਾਡੇ ਸਾਹਮਣੇ, ਉਹਨਾਂ ਦੇ ਬਜ਼ੁਰਗ ਵਹਿੰਦੇ ਹੋਣਗੇ ਤੁਹਾਡੇ ਆ, ਲਾਈਨਾਂ ਦੀ ਖਾਤਰ ਅਸੀਂ ਕੁਰਬਾਨੀ ਕੀਤੀ ਸੀ, ਆ ਜਿਹੜੇ ਹੋਰ ਹੀ ਝੰਡੇ ਚੱਕੀ ਫਿਰਦੇ ਆ, ਇਹਨਾਂ ਦੇ ਵਾਸਤੇ ਅਸੀਂ ਫਾਂਸੀਆਂ ਦੇ ਰੱਸੇ ਚੁੰਮੇ ਸੀ, ਅੱਜ ਸਵਾਦ ਤਾਂ ਆ। ਇੱਕ ਪਾਸੇ ਉਸ ਇੰਦਰਾ ਦਾ ਪੋਤਾ, ਇੱਕ ਪਾਸੇ ਉਸ ਰਾਜੀਵ ਦਾ ਪੁੱਤ, ਜਿਹਨੇ ਕਿਹਾ ਸੀ ਜਬ ਬੜਾ ਪੇੜ ਗਿਰਤਾ ਤੋ ਧਰਤੀ ਹਿਲਤੀ ਹੈ, ਖੂਨ ਕਾ ਬਦਲਾ ਖੂਨ ਦਿੱਲੀ 'ਚ, ਨਿਸ਼ਾਨੀਆਂ ਲਾ ਲਾ ਕੇ ਘਰਾਂ ਦੇ ਵਿੱਚ ਟੈਰ ਗਲਾਂ 'ਚ ਪਾ ਕੇ ਸਿੱਖ ਸਾੜ ਤੇ ਤਬਾਹ ਕਰਤੇ, ਸਾਡੇ ਮੱਥੇ 'ਤੇ ਕਲੰਕਿਆ ਦੇਸ਼ ਦੇ ਵਿਡੋ ਕਲੋਨੀ, ਦੁਨੀਆਂ 'ਚ ਕਿਤੇ ਵਿਧਵਾ ਕਲੋਨੀ ਨਹੀਂ ਹੋਣੀ, 1984 ਦੇ ਸ਼ਹੀਦਾਂ ਦੀਆਂ ਵਿਧਵਾਵਾਂ, ਦਿੱਲੀ 'ਚ ਵਿਧਵਾ ਕਲੋਨੀ ਹੈ, ਵਿਧਵਾ ਕਲੋਨੀ, ਵਿਡੋ ਕਲੋਨੀ। ਇੱਕ ਪਾਸੇ ਉਸ ਪਾਰਲੀਮੈਂਟ ਦੇ ਵਿੱਚ ਇੰਦਰਾ ਦਾ ਪੋਤਾ ਤੇ ਰਾਜੀਵ ਦਾ ਪੁੱਤ ਬੈਠਾ ਹੋਊਗਾ, ਉਹ ਦੂਜੇ ਪਾਸੇ ਭਾਈ ਬੇਅੰਤ ਸਿੰਘ ਦਾ ਪੁੱਤ ਬਿਠਾ ਦਿਓ ਉੱਥੇ ਉਸੇ ਪਾਰਲੀਮੈਂਟ 'ਚ। ਅੱਜ ਇਹੀ ਕਰ ਸਕਦੇ ਹਾਂ, ਜੇ ਨਹੀਂ ਤਾਂ ਫਿਰ ਗੁਰਮੁਖ ਪਿਆਰਿਓ, ਗੱਲਾਂ ਨੇ ਸਿਰਫ ਗੱਲਾਂ ਦਾ ਕੜਾ ਜਿੰਨਾ ਮਰਜ਼ੀ ਕਰ ਲਓ, ਕਮੈਂਟ ਜਿੰਨੇ ਮਰਜ਼ੀ ਕਰ ਲਓ ਫੇਸਬੁੱਕਾਂ 'ਤੇ, ਇੰਸਟਾਗ੍ਰਾਮ 'ਤੇ, ਦੇਸ਼ ਵਿਦੇਸ਼ਾਂ 'ਚ ਬੈਠੇ ਗੱਲ ਕੋਈ ਨਹੀਂ। ਗੁਰਮੁਖ ਪਿਆਰਿਓ, ਮੇਰੀ ਇਹੀ ਅਪੀਲ ਹੈ ਤੁਹਾਡੇ ਚਰਨਾਂ 'ਚ, ਹੋਰ ਕਿਸੇ ਨੂੰ ਪੰਜਾਬ 'ਚ ਕਿਤੇ ਵੋਟ ਪਾ ਦਿਓ, ਹਰਿਆਣੇ 'ਚ ਪਾ ਦਿਓ, ਕਿਤੇ ਪਾ ਦਿਓ, ਪਰ ਫਰੀਦਕੋਟ
ਤੇ ਖਡੂਰ ਸਾਹਿਬ ਦੀ ਧਰਤੀ ਕੋਈ ਸਿੱਖ ਕਹਾਉਣ ਵਾਲਾ ਬੋਟ ਦੂਜੇ ਪਾਸੇ ਨਾ ਪਾਏ ਉਹਨਾਂ ਸ਼ਹੀਦਾਂ ਨੂੰ, ਉਹਨਾਂ ਯੋਧਿਆਂ ਨੂੰ ਮੂਹਰੇ ਰੱਖ ਕੇ ਜਿਹੜੇ ਤੁਹਾਡੀ ਗੱਲ ਕਰਦੇ ਉਹਨਾਂ ਦੀਆਂ ਸੰਦੂਖੜੀਆਂ ਭਰ ਦਿਓ। ਸਰਕਾਰਾਂ ਵੀ ਦੇਖਣ, ਦੁਨੀਆ ਵੀ ਦੇਖੇ ਕਿ ਆਹ ਨੇ ਸਿੱਖ, ਇਹ ਆਪਣੇ ਲਈ ਕੁਰਬਾਨੀ ਕਰਨ ਵਾਲਿਆਂ ਨੂੰ ਭੁੱਲਦੇ ਨਹੀਂ, ਅਹਿਸਾਨ ਫਰਾਮੋਸ਼ ਨਹੀਂ ਹੁੰਦੇ, ਇਹ ਕਿਰਤ ਘਣ ਨਹੀਂ ਹੁੰਦੇ। ਕਦੇ ਯਾਦ ਕਰੀਏ, ਅਸੀਂ ਤੇ ਬਾਜਾਂ ਵਾਲੇ ਨੂੰ ਭੁੱਲ ਗਏ। ਜੇ ਸਤਿਗੁਰ ਨੇ ਸਾਡੇ ਤੇ ਸਰਬੰਸ ਵਾਰ ਦਿੱਤਾ, ਆਖਿਆ ਇਹਨੂੰ ਪੁੱਤਰਨ ਕੇ ਸੀਸ ਪੈ ਵਾਰ ਦੀਏ ਸੁੱਤ ਚਾਰ, ਚਾਰ ਮੂਏ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ। ਉਸ ਬਾਜਾਂ ਵਾਲੇ ਨੂੰ ਯਾਦ ਕਰੀਏ, ਕਲਗੀਆਂ ਵਾਲੇ ਨੂੰ, ਤੇ ਉਹਦੇ ਉਹਨਾਂ ਪੁੱਤਰਾਂ ਨੂੰ ਜਿਹੜੇ ਉਹਦੇ ਰਾਹਾਂ ਤੇ ਚੱਲ ਕੇ ਕੁਰਬਾਨੀਆਂ ਕਰ ਗਏ।